ਮੋੜ ਬੰਬ ਬਲਾਸਟ ਨੂੰ ਕਰੀਬ 4 ਸਾਲ ਹੋਣ ਵਾਲੇ ਨੇ 31 ਜਨਵਰੀ 2017 ਨੂੰ ਮੋੜ ਬੰਬ ਬਲਾਸਟ ਹੋਇਆ ਸੀ ਉਸ ਬਲਾਸਟ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਵੀ ਹੋਇਆ ਸੀ ਲੇਕਿਨ ਅਜੇ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਫਿਰ ਪੀੜਤ ਧਿਰ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਜਾਣ ਬੁੱਝ ਕੇ ਇਸ ਮਸਲੇ ਦੇ ਵਿੱਚ ਕਿਉਂ ਡਿਲੇ ਕੀਤੀ ਜਾ ਰਹੀ ਹੈ ਔਰ ਜਿਹੜੇ ਅਫਸਰ ਡਿਲੇ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਅਦਾਲਤ ਦੀ ਤੋਹੀਨ ਬੰਦੀ ਹੈ ਅਦਾਲਤ ਦੀ ਹੱਤਕ ਬੰਦੀ ਹੈ ਤੇ ਇਸ ਮਤਲਬਕ ਸਾਡੇ ਨਾਲ ਐਡਵੋਕੇਟ ਰਵਨੀਤ ਸਿੰਘ ਅਤੇ ਪਟੀਸ਼ਨਰ ਕਰਤਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰੇ ਐਡਵੋਕੇਟ ਸਾਹਿਬ ਕਿਸ ਪਨਾਹ ਤੇ ਕਿਸ ਪ੍ਰੇਰ ਦੇ ਤੁਸੀਂ ਜਿਹੜੇ ਸਬੰਧਤ ਅਫਸਰਾਂ ਉਹਨਾਂ ਦੇ ਖਿਲਾਫ ਅਪੀਲ ਦਾਇਰ ਕੀਤੀ ਹੈਗੀ ਦੇਖੋ ਜੀ ਇਹ ਜਨਵਰੀ 31 ਜਨਵਰੀ 2017 ਦੇ ਵਿੱਚ ਜਦੋਂ ਮੋਡ ਬਲਾਸਟ ਹੋਇਆ ਉਹ ਪੰਜਾਬ ਵਿਧਾਨ ਸਭਾ ਇਲੈਕਸ਼ਨ ਤੋਂ 4 ਦਿਨ ਪਹਿਲਾਂ ਹੋਇਆ ਵੋਟਾਂ ਤੋਂ 4 ਦਿਨ ਪਹਿਲਾਂ ਤੇ ਜਿਹੜੀ ਇਹ ਰੈਲੀ ਚ ਹੋਇਆ ਉਹ ਕਾਂਗਰਸ ਕੈਂਡੀਡੇਟ ਸੀ ਜਿਨ੍ਹਾਂ ਦੀ ਰੈਲੀ ਦੇ ਦੌਰਾਨ ਇਹ ਬਲਾਸਟ ਹੋਇਆ ਉਦੋਂ ਬਾਅਦ 4 ਦਿਨਾਂ ਦੀ ਵੋਟਾਂ ਤੋਂ ਬਾਅਦ ਜੋ ਹੈ ਕਾਂਗਰਸ ਨੇ ਫਾਰਮੂਲੇਟ ਕੀਤੀ ਆਪਣੀ ਗਵਰਨਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਫਾਰਮੂਲੇਟ ਹੋਈ ਉਦੋਂ ਬਾਅਦ 1 ਸਾਲ ਤੱਕ ਇਹਦੀ ਜਾਂਚ ਚੱਲੀ ਤੇ ਜਾਂਚ ਦੇ ਵਿੱਚ ਇਹ ਡਿਸਕਵਰ ਹੋਇਆ ਵੀ ਜਿਹੜੇ ਇਹ ਗੱਡੀ ਯੂਜ਼ ਕੀਤੀ ਗਈ ਸੀ ਤੇ ਜਿਹੜੇ ਇਹਦੇ ਵਿੱਚ ਐਕਸਪਲੋਸਿਵ ਸਬਸਟੈਂਸਸ ਯੂਜ਼ ਕੀਤੇ ਸੀ ਉਹਦਾ ਸਾਰਾ ਮਾਲਪਤਾ ਜਾਂ ਉਹ ਚੀਜ਼ ਦੀ ਤਿਆਰੀ ਕਰਨ ਵਾਲੇ ਤਿੰਨ ਲੋਕਾਂ ਦੇ ਨਾਮ ਅੱਗੇ ਆਏ ਉਹਦੇ ਵਿੱਚ ਇੱਕ ਸੀਗਾ ਅਮਰੀਕ ਇਕਸੀ ਗਰਤੇਜ ਕਾਲਾ ਤੇ ਇਕਸੀ ਅਵਤਾਰ ਇਹ ਤਿੰਨੇ ਲੋਕ ਜਿਹੜੇ ਨੇ ਜੋ ਕਹਿ ਸਕਦੇ ਆ ਵੀ ਡੇਰਾ ਹੈਡ ਨੂੰ ਬਹੁਤ ਹੀ ਸਮਰਪਿਤ ਬੰਦੇ ਸੀਗੇ ਬਹੁਤ ਹੀ ਕਲੋਜ਼ ਐਸੋਸੀਏਟ ਸੀਗੇ ਕਿਉਂਕਿ ਅਮਰੀਕ ਜੋ ਸੀਗਾ ਉਹ ਸਿਕਿਉਰਿਟੀ ਹੈਡ ਸੀਗਾ ਡੇਰੇ ਦੇ ਡੇਰਾ ਹੈਡ ਦਾ ਸਿਕਿਉਰਿਟੀ ਇਨਚਾਰਜ ਉਹ ਸੀਗਾ ਗਰਤੇਜ ਸੀਗਾ ਜੋ ਉਹ ਜਿਹੜੀ ਐਕਸਕਲੂਸਿਵ ਵਰਕਸ਼ਾਪ ਸੀ ਜੋ ਤੁਸੀਂ ਆਮੋਮਨ ਫਿਲਮਾਂ ਚ ਡੇਰਾ ਹੈਡ ਦੀ ਚ ਗੱਡੀਆਂ ਦੇਖਦੇ ਹੋ ਰੰਗ ਬਰੰਗੀਆਂ ਜਾਂ ਮੋਡੀਫਾਈਡ ਕਾਰਸ ਦੇਖਦੇ ਹੋ ਉਸ ਵਰਕਸ਼ਾਪ ਦੇ ਵਿੱਚ ਸਿਰਫ ਡੇਰਾ ਹੈਡ ਦੀਆਂ ਕਾਰਸ ਤਿਆਰ ਹੁੰਦੀਆਂ ਸੀ ਉਸ ਵਰਕਸ਼ਾਪ ਦੇ ਵਿੱਚ ਇਹ ਬਲਾਸਟ ਦੇ ਵਿੱਚ ਇਸਤੇਮਾਲ ਕਰਨ ਵਾਲੀ ਲਾਲ ਮਰੂਤੀਕਾਰ ਨੂੰ ਵਾਈਟ ਕੀਤਾ ਗਿਆ ਹੋਰ ਤਿਆਰੀਆਂ ਕੀਤੀਆਂ ਗਈਆਂ ਉਹ ਐਕਸਪਲੋਸਿਵ ਡਿਵਾਈਸ ਉਹਦੇ ਵਿੱਚ ਫਿੱਟ ਕੀਤੇ ਗਏ ਇਹ ਸਾਰਾ ਕੁਝ ਤਿਆਰੀ ਉਹ ਵਰਕਸ਼ਾਪ ਚ ਹੋਈ ਡੇਰਾ ਹੈਡ ਦੀ ਜਦੋਂ ਇਹ ਚੀਜ਼ ਸਾਹਮਣੇ ਆ ਗਈ ਵੀ ਡੇਰੇ ਦੇ ਨਾਲ ਇਸ ਚੀਜ਼ ਦੇ ਤਾਰ ਜੁੜ ਗਏ ਉਹ ਤਿੰਨ ਬੰਦੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਤਾਰ ਜੁੜ ਗਏ ਤਾਂ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਰੁਕ ਗਈ ਸ਼ਾਇਦ ਇਸ ਕਰਕੇ ਰੁਕ ਗਈ ਕਿਉਂਕਿ ਡੇਰਾ ਹੈਡ ਪੋਲੀਟੀਕਲੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਐਕਟਿਵ ਸੀਗੇ ਬੜੀ ਉਹਨਾਂ ਦੀ ਇਨਵੋਲਵਮੈਂਟ ਰਹਿੰਦੀ ਸੀ ਪੋਲੀਟੀਕਲੀ ਤੇ ਉਹ ਉਹਦੇ ਕਰਕੇ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨੂੰ ਜਾਂ ਸਟੇਟ ਗਵਰਨਮੈਂਟਸ ਨੂੰ ਕਿਉਂਕਿ ਅਸੀਂ ਆਮੋਮਨ ਵੀ ਦੇਖਿਆ ਸ਼ਤਰਪਤੀ ਮਰਡਰ ਕੇਸ ਹੋ ਗਿਆ ਰਣਜੀਤ ਮਰਡਰ ਕੇਸ ਹੋ ਗਿਆ ਜਿੱਥੇ ਡੇਰਾ ਹੈਡ ਦਾ ਨਾਮ ਆਇਆ ਸਟੇਟ ਗਵਰਨਮੈਂਟਸ ਨੇ ਜਾਂ ਸਟੇਟ ਇੰਟੈਲੀਜੈਂਸੀ ਨੇ ਜਾਂਚ ਕੀਤੀ ਤਾਂ ਜਾ ਕੇ ਕਿਤੇ ਸੱਚ ਬਾਹਰ ਆ ਪਿਆ ਇਸੇ ਨੂੰ ਸੋਚਦੇ ਹੋਏ ਗੁਰਜੀਤ ਸਿੰਘ ਪਾਲਤੜਾ ਨੇ ਜੋ ਹੈ ਇਸ ਮਾਮਲੇ ਦੇ ਸੰਬੰਧ ਅਪਰੋਚ ਕਰਕੇ ਕਿਹਾ ਵੀ ਇਹਦੀ ਵੀ ਜਾਂਚ ਸਰ ਨੂੰ ਲੱਗਦਾ ਵੀ ਇਹ ਨਤੀਜੇ ਸਰ ਨਹੀਂ ਪਹੁੰਚ ਸਕੂਗੀ ਕਿਉਂਕਿ ਡੇਰਾ ਹੈਡ ਦਾ ਨਾਮ ਆ ਗਿਆ ਹੁਣ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਜੋ ਹੈ ਮੰਗ ਰੱਖਣੀ ਚਾਹੀਦੀ ਹੈ ਵੀ ਇਹਦੀ ਸੈਂਟਰਲ ਏਜੰਸੀ ਤੋਂ ਜਾਂਚ ਕੀਤੀ ਜਾਵੇ ਵੈਸੇ ਵੀ ਇਹ ਮਾਮਲਾ ਐਕਸਪਲੋਸਿਵਸ ਦਾ ਤੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜੋ ਹੈ ਬਲਾਸਟ ਹੋਇਆ ਇਹ ਇੱਕ ਕਨਸਟੀਟਿਊਸ਼ਨਲ ਮੈਕੈਨਿਜ਼ਮ ਨੂੰ ਹੈਂਪਰ ਕਰਨ ਦਾ ਇੱਕ ਯਤਨ ਸੀ ਜਦੀ ਜਾਂਚ ਬੜੀ ਸੰਜੀਦਗੀ ਨਾਲ ਹੋਣੀ ਚਾਹੀਦੀ ਸੀ ਤੁਸੀਂ ਦੇਖੋਗੇ ਵੀ ਪਿੱਛੇ ਤਰਨ ਤਰਨ ਦੇ ਵਿੱਚ ਬਲਾਸਟ ਹੋਇਆ ਜਦੀ ਜਾਂਚ ਦੂਜੇ ਦਿਨ ਹੀ ਪੰਜਾਬ ਸਰਕਾਰ ਨੇ ਜੋ ਹੈ ਉਹ ਐਨਆਈਏ ਨੂੰ ਦੇ ਦਿੱਤੀ ਕਿਉਂ ਉਹਦੀ ਸੰਜੀਦਗੀ ਨੂੰ ਸਮਝਦੇ ਹੋਏ ਬਲਾਸਟ ਦਾ ਮਾਮਲਾ ਇਹ ਜਦੋਂ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਲੋਕਾਂ ਨੂੰ ਇਸ ਰੂਪ ਦੇ ਵਿੱਚ ਡਰਾਉਣ ਦਾ ਧਮਕਾਉਣ ਦਾ ਯਤਨ ਕੀਤਾ ਗਿਆ ਤੇ ਅੱਜ ਤੁਸੀਂ ਦੇਖੋ ਮੋਡ ਬਲਾਸਟ ਦੇ ਵਿੱਚ 4 ਸਾਲ ਹੋ ਚੁੱਕੇ ਨੇ ਲੇਕਿਨ ਅੱਜ ਤੱਕ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਬਲਾਸਟ ਹੈ ਇਹ ਕਿਸ ਮਨਸ਼ਾ ਨਾਲ ਕੀਤਾ ਸੀ ਇਹਦੇ ਪਿੱਛੇ ਕੀ ਸਾਜ਼ਿਸ਼ ਸੀਗੀ ਚਾਰ ਸਾਲਾਂ ਦੇ ਵਿੱਚ ਹਾਈ ਕੋਰਟ ਵੱਲੋਂ ਕੋਈ ਸਰਕਾਰ ਨੂੰ ਡਾਇਰੈਕਸ਼ਨ ਨਹੀਂ ਦਿੱਤੀ ਗਈ ਬਿਲਕੁਲ ਇਹ ਜਿਹੜੀ ਪਟੀਸ਼ਨ ਪਾਈ ਹੈ ਕੰਟੈਂਪਟ ਪਟੀਸ਼ਨ ਪਾਈ ਹੈ ਅਸੀਂ 2018 ਚ ਪਹਿਲਾਂ ਤੋ ਪਹਿਲੀ ਵਾਰ ਜੋ ਹੈ ਹਾਈ ਕੋਰਟ ਦੇ ਵਿੱਚ ਅਪਰੋਚ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਡਾਇਰੈਕਸ਼ਨ ਦਿੱਤੀ ਵੀ ਇਸ ਮਾਮਲੇ ਦੀ ਜਾਂਚ ਨੂੰ ਐਕਸਪੀਡੀਸ਼ੀਅਸਲੀ ਕਰੋ ਇਹਦੀ ਜਾਂਚ ਐਕਸਪੀਡੀਸ਼ੀਅਸਲੀ ਕਰੋ ਹੁਣ ਉਹ ਓਪਨ ਸੀਗਾ ਟੂ ਬੀ ਇੰਟਰਪ੍ਰੀਟੇਟਿਡ ਵੀ ਐਕਸਪੀਡੀਸ਼ੀਅਸਲੀ ਕੀ ਹੈ ਮਤਲਬ ਕੋਈ ਟਾਈਮ ਫਰੇਮ ਦੇ ਅੰਦਰ ਅੰਦਰ ਇਹਨੂੰ 6 ਮਹੀਨਿਆਂ ਦੇ ਅੰਦਰ ਅੰਦਰ ਕਰੋ ਅਸੀਂ ਉਹਦੀ ਇੱਕ ਹੋਰ ਪਟੀਸ਼ਨ ਪਾਈ ਉਹਦੋਂ ਕੁਝ ਸਮਾਂ ਬੀਤਣ ਤੋਂ ਬਾਅਦ ਜਦੋਂ ਕੋਈ ਪ੍ਰੋਗਰੈਸ ਨਹੀਂ ਹੋਈ ਜਿਹਦੇ ਵਿੱਚ ਇਹਨਾਂ ਨੇ ਆਰਡਰ ਕੀਤਾ ਵੀ ਵਿਦਨ 3 ਮੰਥਸ ਜੋ ਹੈ ਤੁਸੀਂ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੋ ਹਾਈ ਕੋਰਟ ਨੇ ਸਟੇਟ ਨੂੰ ਦੇ ਤੇ ਫੈਸਲਾ ਸੁਣਾਇਆ ਡਾਇਰੈਕਸ਼ਨ ਸੁਣਾਈਆਂ ਵੀ ਤੁਸੀਂ ਵਿਦਨ 3 ਮੰਥਸ ਇਹ ਕਰੋ ਉਹਨਾਂ ਨੇ ਉਹਦੇ ਵਿੱਚ ਇਹ ਵਿਚਾਲੇ ਇੱਕ ਹੋਰ ਗੱਲ ਸੀ ਵੀ ਪੁਰਾਣੀ ਐਸਆਈਟੀ ਨੂੰ ਰਿਪਲੇਸ ਕਰ ਦਿੱਤਾ ਸੀ ਉਹਨਾਂ ਨੇ ਏਡੀਜੀਪੀ ਈਸ਼ਵਰ ਸਿੰਘ ਦੀ ਨਵੀਂ ਉਹ ਰਣਜੀਤ ਸਿੰਘ ਖਟੜਾ ਜੀ ਦੇ ਵੱਲੋਂ ਹੈਡ ਕੀਤੀ ਗਈ ਇੱਕ ਐਸਆਈਟੀ ਸੀ ਜਿਹਦੇ ਵਿਚ ਡੀਜੀਪੀ ਸੀਗੇ ਤੇ ਹੋਰ ਕੁਝ ਆਈਜੀ ਲੈਵਲ ਦੇ ਅਫੀਸਰ ਸੀਗੇ ਇਹ ਏਡੀਜੀਪੀ ਨੂੰ ਲੈ ਕੇ ਜੋ ਇਹਨਾਂ ਨੇ ਇੱਕ ਈਸ਼ਵਰ ਸਿੰਘ ਜੀ ਨੂੰ ਲੈ ਕੇ ਇੱਕ ਨਵੀਂ ਫਾਰਮੂਲੇਟ ਕੀਤੀ ਇਹ ਉਮੀਦ ਦੇ ਨਾਲ ਵੀ ਸ਼ਾਇਦ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨਗੇ ਕਿਉਂਕਿ ਉਸ ਟਾਈਮ ਤੱਕ 3 ਸਾਲ ਹੋਣ ਨੂੰ ਆਏ ਸੀਗੇ ਪਰ ਕੋਈ ਇਹਦੇ ਵਿੱਚ ਅਰੈਸਟ ਨਹੀਂ ਹੋਈ ਅੱਜ ਤੱਕ ਨਹੀਂ ਅਰੈਸਟ ਹੋਈ ਉਸ ਵੇਲੇ ਕਿਹਦੇ ਨਾਲ ਕੌਣ-ਕੌਣ ਐਸਆਈਟੀ ਦੇ ਵਿੱਚ ਇਸ ਜਿਹੜੀ ਐਸਆਈਟੀ ਈਸ਼ਵਰ ਸਿੰਘ ਜੀ ਦੀ ਸੀ ਉਹਦੇ ਵਿੱਚ ਡੀਜੀਪੀ ਈਸ਼ਵਰ ਸਿੰਘ ਏਡੀਜੀਪੀ ਈਸ਼ਵਰ ਸਿੰਘ ਜੀ ਸੀਗੇ ਦੋ ਆਈਜੀ ਸੀਗੇ ਇੱਕ ਰੋਪੜ ਰੇਂਜ ਇੱਕ ਬਠਿੰਡਾ ਰੇਂਜ ਦੇ ਤੇ ਇੱਕ ਐਸਪੀਸੀ ਕੇ ਨਾਨਕ ਸਿੰਘ ਬਠਿੰਡਾ ਦੇ ਐਸਐਸਪੀ ਸੀਗੇ ਬਠਿੰਡਾ ਦੇ ਜੇ ਤੁਸੀਂ ਇਹ ਕਹ ਰਹੇ ਕਿ ਜਿਹੜੇ ਅਕਿਊਜ਼ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਹੈਗਾ ਕਿ ਪੁਲਿਸ ਬੁਲਾਇਆ ਵੀ ਨਹੀਂ ਗਿਆ ਕੇਸ ਵੀ ਨਹੀਂ ਦਰਜ ਹੋਇਆ ਇਹਨਾਂ ਦੇ ਖਿਲਾਫ ਬਾਈ ਨੇ ਜੇ ਇਨਵੈਸਟੀਗੇਸ਼ਨ ਨੂੰ ਦੇਖੀਏ ਤਾਂ ਹਜੇ ਤੱਕ ਇਹਨਾਂ ਨੂੰ ਪ੍ਰੋਪਰ ਤੌਰ ਦੇ ਨਾਲ ਇਹਦੀ ਕਾਂਸਪੀਰੇਸੀ ਨਹੀਂ ਪਤਾ ਇਹਦਾ ਮੋਟਿਵ ਨਹੀਂ ਪਤਾ ਕਿਸ ਮਨਸ਼ਾ ਦੇ ਨਾਲ ਇਹ ਬਲਾਸਟ ਕਰਾਇਆ ਗਿਆ ਕੀ ਇਹ ਪੋਲੀਟੀਕਲ ਬਲਾਸ ਸੀ ਕੀ ਇਹ ਟਰੋਰ ਅਟੈਕ ਸੀਗਾ ਕਿਉਂਕਿ ਉਹ ਬੰਦੇ ਜਿਨ੍ਹਾਂ ਦਾ ਨਾਮ ਇਹਨਾਂ ਨੇ ਅੱਗੇ ਲਿਆਂਦਾ ਡੇਰੇ ਦੇ ਜਿਹੜੇ ਸਾਧੂ ਨੇ ਉਹ ਬਾਬੇ ਨੂੰ ਸਮਰਪਿਤ ਨੇ ਉਹ ਕਾਸਟ੍ਰੇਟਿਡ ਸਾਧੂ ਨੇ ਕਾਸਟਰੇਟਡ ਦਾ ਮਤਲਬ ਇਹ ਹੈ ਵੀ ਉਹ ਵਰਲਡਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਉਹਨਾਂ ਦਾ ਮਤਲਬ ਕਿ ਮੋਹ ਹੈ ਨਹੀਂ ਉਹਨਾਂ ਦਾ ਉਹ ਪੂਰੀ ਰੂਪ ਚ ਡੇਰਾ ਹੈਡ ਨੂੰ ਸਮਰਪਿਤ ਨੇ ਜੇ ਚਾਹੁੰਦੇ ਇਨਵੈਸਟੀਗੇਟ ਕਰਨਾ ਤਾਂ ਕਿਤੇ ਨਾ ਕਿਤੇ ਜਦੋਂ ਡੇਰਾ ਹੈਡ ਤੁਹਾਡੇ ਪ੍ਰਮਾਈਸਿਸ ਤੁਹਾਡੇ ਘਰ ਦੇ ਵਿੱਚ ਗੱਡੀ ਤਿਆਰ ਹੋ ਰਹੀ ਹੈ ਇਹ ਵੀ ਨਹੀਂ ਵੀ ਤੁਹਾਡੇ ਬਹੁਤ ਵੱਡਾ ਡੇਰਾ ਹੈ ਤੇ ਤੋਂ ਕਿਤੇ ਕੋਈ ਸਾਈਡ ਤੇ ਵਰਕਸ਼ਾਪ ਹੈ ਜਿੱਤੇ ਦੁਨੀਆ ਭਰ ਦੀਆਂ ਗੱਡੀਆਂ ਆਉਂਦੀਆਂ ਕੋਈ ਤਿਆਰ ਕਰਾ ਕੇ ਲੈ ਗਿਆ ਇਹੋ ਜਿਹਾ ਐਂਗਲ ਵੀ ਨਹੀਂ ਐਕਸਕਲੂਸਿਵ ਵਰਕਸ਼ਾਪ ਤੁਹਾਡੀ ਘਰ ਦੇ ਵਿੱਚ ਜਿਹੜੀ ਹੈ ਤੁਹਾਡੀਆਂ ਹੀ ਕਲਸਰ ਤੁਹਾਡੀਆਂ ਕਾਰਾਂ ਉਹਦੇ ਵਿੱਚ ਮੋਡੀਫਾਈ ਹੁੰਦੀਆਂ ਜਦੋਂ ਇਹੋ ਜੀ ਚੀਜ਼ ਸਾਹਮਣੇ ਆ ਗਈ ਤਾਂ ਕੀ ਰੋਕ ਰਿਹਾ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਡੇਰਾ ਹੈਡ ਤੋਂ ਇਨਵੈਸਟੀਗੇਟ ਜਿਹੜਾ ਡੇਰਾ ਹੈਡ ਆ ਉਹ ਤੇ ਬਲਾਤਕਾਰ ਦੇ ਕਤਲ ਦੇ ਮੌਕੇ ਤੇ ਸਜ਼ਾ ਮਿਲ ਚੁੱਕੀ ਦੋਸ਼ੀ ਵੀ ਲੱਗਦਾ ਕਿ ਅੱਜ ਵੀ ਜਿਹੜੀ ਪੋਲੀਟੀਕਲ ਪਾਰਟੀਆਂ ਉਸ ਡੇਰੇ ਦੇ ਮੁਖੀ ਤੋਂ ਕੋਵ 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 ਦਿਨ ਨਹੀਂ ਕਮਾਲ ਦੀ ਗੱਲ ਹੈ ਜੀ ਦੇਖੋ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਉੱਤੇ ਅਟੈਕ ਹੋਇਆ ਹੋਵੇ ਕਾਂਗਰਸ ਨੇ ਉਸ ਤੋਂ ਬਾਅਦ ਗਵਰਨਮੈਂਟ ਫਾਰਮੂਲੇਟ ਕਰ ਲਈ ਹੈ ਆਪਦੇ ਕੈਂਡੀਡੇਟ ਤੇ ਅਟੈਕ ਹੋਣ ਦੇ ਬਾਰੇ ਕੋਈ ਜਾਂਚ ਦੇ ਲਈ ਕਦੇ ਕੋਈ ਬਿਆਨ ਆਇਆ ਹੋਵੇ ਸੀਐਮ ਅਮਰਿੰਦਰ ਸਿੰਘ ਜੀ ਦਾ ਇਹਦੇ ਰਿਗਾਰਡਿੰਗ ਵੀ ਉਸ ਬਲਾਸਟ ਦੇ ਦੋਸ਼ੀਆਂ ਨੂੰ ਅਸੀਂ ਇਨਸਾਫ ਦੇਵਾਂਗੇ ਕਿਤੇ ਕੋਈ ਉਹਨਾਂ ਨੇ ਕੋਈ ਹੋਰ ਐਕਟੀਵਿਟੀ ਕੀਤੀ ਹੋਵੇ ਜਿਹਦੇ ਤੋਂ ਇਹ ਲੱਗੇ ਐਨਆਈਏ ਨੂੰ ਭੇਜਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੇ ਜਿਹੜੇ ਕੈਂਡੀਡੇਟ ਜਿਹਦੇ ਉੱਤੇ ਬਲਾਸਟ ਹੋਇਆ ਉਹਨੇ ਵੀ ਕਦੇ ਕੋਈ ਚਿੱਠੀ ਲਿਖੀ ਹੋਵੇ ਉਹਨਾਂ ਦੇ ਜੋ ਬਿਆਨ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਸਟੇਟਮੈਂਟਸ ਅਸੀਂ ਪੜ੍ਹਦੇ ਆ ਉਹਦੇ ਵਿੱਚ ਜੋ ਕੈਂਡੀਡੇਟ ਦੇ ਉੱਤੇ ਬਲਾਸਟ ਹੋਇਆ ਅਲੇਜਡਲੀ ਉਹ ਕਿਤੇ ਸਟੇਟਮੈਂਟs ਇਹ ਨਹੀਂ ਕਹਿ ਰਹ ਜਾਵੇ ਇਹਨਾਂ ਦੋਸ਼ੀਆਂ ਮੇਰਾ ਪਤਾ ਕੀਤਾ ਜਾਵੇ ਮੇਰੇ ਤੇ ਅਟੈਕ ਕਿਨੇ ਕੀਤਾ ਤਾਂ ਇਹ ਜਿਹੜੀ ਕਿਤੇ ਚੁੱਪ ਹੈ ਸਰਕਾਰ ਦੀ ਵੀ ਤੇ ਜਿਨ੍ਹਾਂ ਦੇ ਉੱਤੇ ਅਟੈਕ ਹੋਇਆ ਉਹਨਾਂ ਦੀ ਵੀ ਉਹ ਕਿਤੇ ਨਾ ਕਿਤੇ ਪੁਆਇੰਟ ਆਊਟ ਕਰਦੀ ਹੈ ਵੀ ਕਿਤੇ ਹੋ ਸਕਦਾ ਵੀ ਪੋਲਿਟੀਕਲ ਇਨਵੋਲਵਮੈਂਟ ਹੋਵੇ ਕੋਈ ਪੋਲਿਟੀਕਲ ਗੇਨਸ ਦੇ ਲਈ ਇਹ ਬਲਾਸਟ ਕਰਾਇਆ ਗਿਆ ਹੋਵੇ ਪਰ ਬੜੀ ਸ਼ਰਮਨਾਕ ਗੱਲ ਹੋਏਗੀ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ ਪਰ ਇਲੈਕਸ਼ਨ ਪ੍ਰੋਸੈਸ ਨੂੰ ਇਹ ਇਨਸ਼ੋਰ ਕਰਨਾ ਵੀ ਲੋਕਾਂ ਦੀ ਸੇਫਟੀ ਜੋ ਹੈ ਉਹ ਲਾਜ਼ਮੀ ਹੋਵੇ ਇਹ ਤੁਸੀਂ ਕਰਨ ਦਾ ਤੁਸੀਂ ਕੁਝ 4 ਸਾਲ ਹੋ ਗਏ ਕੋਈ ਇਨਵੈਸਟੀਗੇਸ਼ਨ ਕਿਸੇ ਤਨਪਤਨ ਨਹੀਂ ਲਾ ਸਕੀ ਐਡੀ ਡੀਪੀ ਈਸ਼ਵਰ ਚੰਦਰ ਦੀ ਅਗਵਾਈ ਚ ਇਸ ਕਮੇਟੀ ਬਣਾਈ ਗਈ ਉਹਨੂੰ ਵੀ ਟਾਈਮ ਬਾਉਂਡ ਕੀਤਾ ਗਿਆ ਸੀ ਬਿਲਕੁਲ ਬਿਲਕੁਲ ਉਹਨੂੰ 3 ਮੰਥਸ ਦੇ ਅੰਦਰ ਅੰਦਰ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਨ ਪੇਸ਼ ਕਰਨਾ ਸੀ ਇਹਦੀ ਲੈਟਰੈਂਟ ਸਪਿਰਿਟ ਜਦੋਂ ਆਪਾਂ ਕਹਿੰਦੇ ਵੀ ਇਨਵੈਸਟੀਗੇਸ਼ਨ ਕੰਪਲੀਟ ਕਰੋ ਥੈਟ ਮੀਨਸ ਯੂ ਵਿਲ ਹੈਵ ਟੂ ਫਾਈਂਡ ਆਊਟ ਕਿ ਇਹ ਕਾਂਸਪੀਰੇਸੀ ਕੀ ਸੀ ਮੋਟਿਵ ਕੀ ਸੀਗਾ ਮੰਦੇ ਫੜੇਗੇ ਨਹੀਂ ਫੜੇਗੇ ਉਹ ਬਾਅਦ ਦੀ ਗੱਲ ਹੈ ਪਰ ਐਟ ਲੀਸਟ ਤੁਹਾਨੂੰ ਸਾਰੀ ਥਿਉਰੀ ਪਤਾ ਹੋਣੀ ਚਾਹੀਦੀ ਵੀ ਬਲਾਸ ਦੇ ਪਿੱਛੇ ਕੀ ਹੈ ਇਹ ਤਾਂ ਅਜੇ ਤੱਕ ਉਹ ਡ ਇੰਵੈਸਟੀਗੇਸ਼ਨ ਕੰਪਲੀਟ ਕਰ ਦਿਤੀ ਹੈ ਵੇਰ ਹੈ ਚਲਾਉਣ ਦੇ ਵਿੱਚ ਤਾਂ ਤਾਂ ਤੇ ਬਾਰ ਬਾਰ ਆ ਰਿਹਾ ਇਹਨਾਂ ਦਾ ਬਾਰ ਬਾਰ ਇਹ ਲਿਖ ਰਹੇ ਨੇ ਵੀ ਇਨਵੈਸਟੀਗੇਸ਼ਨ ਹਜੇ ਹੋਰ ਕਰਾਂਗੇ ਅਸੀਂ ਇਹਦੇ ਵਿੱਚ ਇਹ ਸਪਲੀਮੈਂਟਰੀ ਚਲਾਨ ਪੇਸ਼ ਕਰਾਂਗੇ ਜਦੋਂ ਆ ਚੀਜ਼ ਪਤਾ ਲੱਗ ਗਈ ਸਾਨੂੰ ਤਾਂ ਅਸੀਂ ਉਹ ਫੁਲਾਨੇ ਹੋਰ ਬੰਦੇ ਫੜਾਂਗੇ ਦੋਸ਼ੀ ਪਤਾ ਲੱਗੇ ਤਾਂ ਫੜਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਸਾਨੂੰ ਇਹ ਪਤਾ ਲੱਗੇ ਵੀ ਕੌਨਸਪੀਰੇਸੀ ਚ ਕੌਣ ਹੈ ਫਿਰ ਉਹਨੂੰ ਫੜਾਂਗੇ ਥੈਟ ਮੀਨਸ ਇਨਵੈਸਟੀਗੇਸ਼ਨ ਇਜ਼ ਨਾਟ ਕੰਪਲੀਟ ਤੇ ਕੋਰਟ ਦੇ ਵਿੱਚ ਤੁਸੀਂ ਝੂਠ ਬੋਲ ਕੇ ਚਲਾਨ ਪੇਸ਼ ਕਰਕੇ ਜੋ ਹੈ ਤੁਸੀਂ ਕਿਹਾ ਵੀ ਮਾਮਲੇ ਨੂੰ ਖੁਰਦਪੁਰਤ ਕੀਤਾ ਜਾਵੇ ਜਿਹੜੀ ਐਸਆਈਟੀ ਝੂਠ ਬੋਲ ਰਹੀ ਇਸੇ ਕਰਕੇ ਅੱਜ ਪੇਰ ਕੀਤੀ ਹੈਗੀ ਹ ਇਹ ਇਹ ਤੋਂ ਇਲਾਵਾ ਡਾਇਰੈਕਸ਼ਨ ਜੋ ਲਾਸਟ ਆਰਡਰ ਸੀ ਡਿਸਸੈਟੀਸਫੈਕਸ਼ਨ ਜ਼ਾਹਰ ਕਰਦੇ ਹੋਏ ਕੋਰਟ ਨੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕਾਂਸਪੀਰੇਸੀ ਜਾਂ ਮੋਟਿਵ ਨਹੀਂ ਫਾਈਂਡ ਕਰ ਸਕੇ ਉਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਹੈ ਵੀ ਜੋ ਇਹਦੇ ਵਿੱਚ ਮੇਨ ਅਕਿਊਜ਼ ਨੇ ਉਹਨਾਂ ਨੂੰ ਤੁਸੀਂ ਵਿਦਨ 2 ਵੀਕਸ ਅਰੈਸਟ ਕਰਨਾ ਹੁਣ ਇਹਦੇ ਵਿੱਚ ਤਿੰਨ ਚਾਰ ਆਰਡਰ ਹੋ ਗਏ ਜਿਵੇਂ ਕਿ ਇਨਵੈਸਟੀਗੇਸ਼ਨ ਟਾਈਮ ਸਿਰ ਕੰਪਲਾਈ ਕਰਨਾ ਅਕਿਊਜ਼ ਨੂੰ ਵਿਦਨ 2 ਵੀਕਸ ਅਰੈਸਟ ਕਰਨਾ ਤੇ ਇਹਦੇ ਵਿੱਚ ਜੋ ਹੈ ਸਾਰਾ ਉਹਨਾਂ ਨੇ ਕਿਹਾ ਸੀ ਵੀ ਕੰਪਲੀਟ ਕਰੋ ਇਸ ਇਸ ਪ੍ਰੋਸੈਸ ਨੂੰ ਉਹ ਚੀਜ਼ ਸਾਰੀਆਂ ਤਿੰਨਾਂ ਦੀ ਅਵੇਲਨਾਂ ਦੇ ਕਰਦੇ ਅਸੀਂ ਜੋ ਹੈ ਹੁਣ ਇੱਕ ਪਟੀਸ਼ਨ ਪਾਈ ਹੈ ਜ ਕਰਦੇ ਆ ਵੀ ਸ਼ਾਇਦ ਇਸ ਪਟੀਸ਼ਨ ਦੇ ਕਰਕੇ ਹੀ ਉਹਨਾਂ ਨੂੰ ਅਹਿਸਾਸ ਹੋਵੇ ਵੀ ਸਾਡੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਨੇ ਸ਼ਾਇਦ ਕਿਤੇ ਸਰਕਾਰਾਂ ਦੇ ਕੰਨ ਖੁੱਲਣ ਵੀ ਕਿਤੇ ਉਹ ਸਮਝਣ ਪਟੀਸ਼ਨ ਚ ਕਿੰਨੂ ਕਿੰਨੂ ਪਾਰਟੀ ਬਣਾਏ ਹੋਣਗੇ ਉਸ ਪਟੀਸ਼ਨ ਦੇ ਵਿੱਚ ਡੀਜੀਪੀ ਈਸ਼ਵਰ ਏਡੀ ਡੀਜੀਪੀ ਦਨਕਰ ਗੁਪਤਾ ਜੀ ਏਡੀਜੀਪੀ ਈਸ਼ਵਰ ਸਿੰਘ ਜੀ ਤੇ ਦੋ ਆਈਜੀ ਨੇ ਪਟਿਆਲਾ ਰੇ ਬਠਿੰਡਾ ਰੇਂਜ ਤੇ ਰੋਪੜ ਰੇਂਜ ਤੇ ਐਸਪੀ ਜੋ ਐਸਆਈਟੀ ਦੇ ਮੈਂਬਰ ਸੀਗੇ ਉਸ ਸਮੇਂ ਉਹਨਾਂ ਸਾਰਿਆਂ ਨੂੰ ਮੈਂਬਰ ਬਣਾਇਆ ਉਹ ਇਹਦੇ ਵਿੱਚ ਪਾਰਟੀ ਬਣਾਇਆ ਗਿਆ ਮੰਨਦੇ ਕਿ ਇਹਨਾਂ ਨੇ ਹੱਤਕ ਕੀਤੀ ਹੈਗੀ ਕੋਰਟ ਦੇ ਜਿਹੜੇ ਹੁਕਮ ਨੇ ਉਹਦੀ ਉਲੰਘਣਾ ਕੀਤੀ ਬਿਲਕੁਲ ਕੀਤੀ ਹੈ ਜੀ ਜੋ ਸੰਜੀਦਗੀ ਨਾਲ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਜਿਸ ਸੰਜੀਦਗੀ ਨਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹਦੇ ਨਾਲ ਨਹੀਂ ਹੋ ਰਹੀ ਹੈ ਤੇ ਹੁਣ 4 ਸਾਲ ਹੋਣ ਨੂੰ ਆਏ ਬਲਾਸਟ ਵਰਗਾ ਇਨਸੀਡੈਂਟ ਹੋ ਚੁੱਕਿਆ ਹੋਵੇ ਦੇਖੋ ਤੁਸੀਂ 4 ਸਾਲ ਹੋ ਗਏ 1 ਸਾਲ ਤੋਂ ਬਾਅਦ ਕੋਈ ਮੋਨਿਟਰਿੰਗ ਹੋਵੇ ਨਾ ਇਸ ਚੀਜ਼ ਦੀ ਤੇ ਦੇਖੇ ਕੋਈ 1 ਸਾਲ ਹੋ ਗਿਆ ਨਹੀਂ ਪਤਾ ਲੱਗਿਆ 2 ਸਾਲ ਹੋ ਗਏ ਨਹੀਂ ਪਤਾ ਲੱਗਿਆ ਤੁਸੀਂ ਨਾ ਤਾਂ ਆਫੀਸਰਸ ਨੂੰ ਐਸਆਈਟੀ ਨੂੰ ਸਰਕਾਰ ਦੇ ਵੱਲੋਂ ਜਾਂ ਅਫਸਰਾਂ ਵੱਲੋਂ ਕੋਈ ਐਫਰਟਸ ਨਹੀਂ ਵੀ ਕੋਈ ਕੰਪੀਟੈਂਟ ਅਫਸਰਾਂ ਨੂੰ ਲਾ ਕੇ ਇਸ ਮਾਮਲੇ ਦੀ ਜਾਂਚ ਕਰਾ ਲਈ ਜਾਵੇ ਜੇ ਤੁਹਤੋਂ ਨਹੀਂ ਹੋ ਰਹੀ ਜਾਂਚ ਤੁਸੀਂ ਸੈਂਟਰਲ ਹੋਰ ਤਰਨਤਰਨ ਵਾਲੇ ਬਲਾਸਟ ਵੀ ਤੁਸੀਂ ਐਨਆਈਏ ਨੂੰ ਭੇਜਿਆ ਹੀ ਇਹ ਮਾਮਲਾ ਤੁਸੀਂ ਇਸ ਮਾਮਲੇ ਨੂੰ ਕਿਉਂ ਨਹੀਂ ਸੰਜੀਦਾ ਸਮਝ ਰਹੇ ਕੀ ਕੀ ਕਾਰਨ ਇਹਦੇ ਪਿੱਛੇ ਤੇ ਇਹ ਚੀਜ਼ ਜੋ ਹੈ ਰਿਵੀਲ ਆਊਟ ਹੋਣੀ ਚਾਹੀਦੀ ਹੈ ਇਸ ਦੇ ਕਰਕੇ ਅਸੀਂ ਇਹ ਪਟੀਸ਼ਨ ਪਾਈ ਗੁਰਜੀ ਜੀ ਤੁਹਾਨੂੰ ਲੱਗਦਾ ਕਿ ਸਾਰੇ ਮਿਲੇ ਹੋਏ ਨੇ ਬਿਲਕੁਲ ਜੀ ਦੇਖੋ ਤੁਸੀਂ 4 ਸਾਲ ਦਾ ਸਮਾਂ ਜਿਹੜਾ ਬੀਤਣ ਵਾਲਾ ਹਲੇ ਤੱਕ ਜਿਹੜੇ ਵਿਕਟਮ ਨੇ ਮੋੜ ਬਲਾਸ ਦੇ ਵਿੱਚ ਮਾਰੇਗੇ ਉਹਨਾਂ ਨੂੰ ਇਨਸਾਫ ਜਿਹੜੀ ਪੰਜਾਬ ਸਰਕਾਰ ਨਹੀਂ ਦੇ ਪਾਈ ਹਾਲਾਕੀ ਖ਼ਬਰ-ਵਾਰ ਮਾਨੇ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਹੋਈਆਂ ਨੇ ਉਹਦੇ ਆਰਡਰ ਆਏ ਨੇ ਜਿਹੜੀ ਪੰਜਾਬ ਦੀ ਸਰਕਾਰ ਦੀ ਸੈੱਟ ਬਣੀ ਸੀ ਉਹ ਆਪਣੀ ਜਿਹੜੀ ਕਾਰਗੁਜ਼ਾਰੀ ਉਹ ਸਹੀ ਢੰਗ ਨਾਲ ਨਹੀਂ ਕਰ ਪਾਈ ਜਿੱਥੇ ਅਸੀਂ ਮੋੜ ਬਲਾਸਟ ਦੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਇਨਸਾਫ਼ਦਵਾਨ ਦੀ ਗੱਲ ਕਰਦੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਕੋਤਾਈ ਕੀਤੀ ਹੈ ਭਾਵੇਂ ਉਹ ਆਫੀਸਰ ਹੋਣ ਭਾਵੇਂ ਕੋਈ ਪੋਲਿਟੀਕਲ ਲੀਡਰ ਹੋਵੇ ਉਹਨਾਂ ਦੇ ਖਿਲਾਫ ਵੀ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੀ ਇਹਨਾਂ ਨੇ ਡਿਲੇਅ ਕੀਤਾ ਆ ਇਹ ਉਹ ਜਿਹੜੇ ਮੋੜ ਬਲਾਸ ਦੀ ਜਿਹੜੀ ਗੁੱਥੀ ਆ ਉਹਨੂੰ ਸੁਲਝਾਣ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਹੈ ਉਹ ਤੈਹ ਹੋਣੀ ਚਾਹੀਦੀ ਹੈ ਕਿ ਆਪਣਾ ਇਹ ਜਿਹੜਾ ਕੰਮ ਹੈ ਉਹ ਇਮਾਨਦਾਰੀ ਨਾਲ ਕਰ ਸਕਣ ਇਹਦੇ ਵਿੱਚ ਇਹ ਕੋਈ ਕੈਨ ਦੇ ਵਿੱਚ ਅਥਕਤਨੀ ਨਹੀਂ ਹੈ ਕਿ ਇਹਨੂੰ ਜਿਹੜਾ ਕਿ ਇਹਨੂੰ ਜਾਂਚ ਨੂੰ ਇਹਦੀ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਸਾਫ਼-ਸਾਫ਼ ਜਿਹੜਾ ਕਿ ਉਹ ਪਤਾ ਚੱਲ ਚੁੱਕਿਆ ਕਿ ਡੇਰਾ ਮੁਖੀ ਜਿਹੜੀ ਗੁਰਮੀਤ ਰਾਮਰੇ ਉਹਦੀ ਜਿਹੜੀ ਮੇਨ ਉਹਦੇ ਘਰ ਦੇ ਅੰਦਰ ਉਹਦੀ ਕਾਰਾਂ ਦੀ ਜਿਹੜੀ ਵਰਕਸ਼ਾਪ ਬਣੀ ਉੱਥੇ ਇਹ ਕਾਰ ਨੂੰ ਤਿਆਰ ਕੀਤਾ ਗਿਆ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਦੇ ਉੱਤੇ ਹਮਲਾ ਹੋਇਆ ਸੀ ਤੁਸੀਂ ਇੱਥੋਂ ਹਿਸਾਬ ਲਗਾ ਸਕਦੇ ਹੋ ਕਿ ਪੰਜਾਬ ਦੇ ਅੰਦਰ ਜਿਹੜੀ ਕਾਨੂੰਨ ਦੀ ਵਿਵਸਥਾ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਉਹ ਆਪ ਦੇ ਕੈਂਡੀਡੇਟ ਦੇ ਹੋਏ ਬਲਾਸਟ ਨੂੰ ਉਹਦੇ ਤੇ ਹੋਏ ਅਟੈਕ ਨੂੰ ਹਲੇ ਤੱਕ ਉਹ ਉਹਨੂੰ ਜਿਹੜਾ ਕਿ ਉਹ ਇਨਸਾਫ ਨਹੀਂ ਦਿਵਾ ਸਕੀ ਹਾਲਾਂਕਿ ਇਹ ਕਿਹਾ ਜਾਂਦਾ ਕਿ ਇਸ ਨੂੰ ਇਲੈਕਸ਼ਨਾਂ ਦੇ ਦੌਰਾਨ ਇਹ ਜਿਹੜਾ ਬਲਾਸਟ ਕਰਾਇਆ ਉਹ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੇ ਲਈ ਉਥੋਂ ਜਿਹੜਾ ਕਾਂਗਰਸ ਪਾਰਟੀ ਦਾ ਹਰਮਿੰਦਰ ਸਿੰਘ ਜੱਸੀ ਕੈਂਡੀਡੇਟ ਹੈ ਉਹਦਾ ਇਹ ਕੁੜਮ ਇਹ ਗੁਰਮੀਤ ਖਾਨ ਅਹਿਮ ਜਿਹਦੇ ਘਰ ਦੇ ਅੰਦਰ ਇਹ ਸਾਰੀ ਪਲੈਨਿੰਗ ਕਰਕੇ ਬਲਾਸਟ ਕਰਾਇਆ ਗਿਆ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਤਾਂ ਐਡਾ ਵੱਡਾ ਇਨਸੀਡੈਂਟ ਵਾਪਨਾ ਉਹ ਇਲੈਕਸ਼ਨਾਂ ਜਾਂ ਜਿੱਥੇ ਲੋਕ ਰੈਲੀਆਂ ਦੌਰਾਨ ਇਹਨਾਂ ਨੂੰ ਬੁਲਾ ਲੈਂਦੇ ਨੇ ਫਿਰ ਉਹਨਾਂ ਦੇ ਉੱਤੇ ਬਲਾਸਟ ਕਰਾਣੇ ਉਹਨਾਂ ਨੂੰ ਮਰਵਾ ਦੇਣਾ ਆਪਦੇ ਖਿੱਤਾਂ ਦੇ ਲਈ ਤਾਂ ਮੈਂ ਸਮਝਦਾ ਇਹ ਬੜੀ ਮਾੜੀ ਗੱਲ ਹੈ ਪੰਜਾਬ ਜਨਜੋਜਕੇ ਦੇਰੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਜਾਣਬੁੱਝ ਕੇ ਦੇਰੀ ਕੀਤੀ ਜਾਂਦੀ ਹੈ ਇਹਦੇ ਵਿੱਚ ਵੱਡੇ ਲੋਕ ਜਿਹੜੇ ਉਹ ਸ਼ਾਮਲ ਨੇ ਪੰਜਾਬ ਸਰਕਾਰ ਮੈਂ ਇਹ ਵੀ ਕਹਿਣ ਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਕਿ ਉਹਨਾਂ ਨੂੰ ਬਚਾਣ ਦੀ ਜਿਹੜੀ ਕੋਸ਼ਿਸ਼ ਕਰਦੀ ਏ ਇਹ ਗਾਜ ਜਿਹੜੀ ਹੈ ਪੰਜਾਬ ਸਰਕਾਰ ਤੇ ਸਿੱਧੀ ਸਿੱਧੀ ਦਿਗਦੀ ਪਈ ਹੈ ਕਿਉਂਕਿ 4 ਸਾਲ ਦਾ ਸਮਾਂ ਕੋਈ ਛੋਟਾ ਸਮਾਂ ਨਹੀਂ ਬੀਤ ਗਿਆ ਆਉਣ ਵਾਲੇ ਡੈਮ ਤੇ ਫਿਰ ਅੱਗੇ ਇਲੈਕਸ਼ਨ ਆ ਜਾਣਗੀਆਂ ਫਿਰ ਐਦਾਂ ਦੇ ਹਾਲਾਤ ਸੇਵਾ ਨਗੇ ਵਾਪਰਨਗੇ ਇਹੀ ਲੋਕ ਦੁਬਾਰਤੋਂ ਕਰਨਗੇ ਇਦਾਂ ਦੀਆਂ ਵਾਰਦਾਤਾਂ ਕਿਉਂਕਿ ਸਜ਼ਾ ਤੇ ਮਿਲੀ ਨਹੀਂ ਹਾਲਾਂਕਿ ਇਹ ਵੀ ਨਹੀਂ ਕਹਿ ਸਕੀ ਕਿ ਇਹ ਜਿਹੜਾ ਬਲਾਸ ਹੋਇਆ ਇਹਦੇ ਪਿੱਛੇ ਕਿਉਂ ਕੀਤਾ ਗਿਆ ਇਹਦੇ ਪਿੱਛੇ ਮੋਟਿਵ ਕੀ ਸੀਗਾ ਉਹ ਵੀ ਹਲੇ ਤੱਕ ਜਿਹੜੀ ਪੰਜਾਬ ਸਰਕਾਰ ਹੈ ਉਹ ਜਾਦਗਰ ਨਹੀਂ ਕਰ ਪਾਸੀ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਮੰਗ ਕਰਦਾ ਕਿ ਜਾਂ ਤੇ ਤੁਸੀਂ ਆਪਦੇ ਅੱਗੋਂ ਇਹ ਜਿਹੜਾ ਕੈਪਟਨ ਤੁਸੀਂ ਲਾਉਂਦੇ ਮੈਂ ਸਮਝਦਾ ਕਿ ਇਹ ਕੈਪਟਨ ਦੇ ਸ਼ਬਦ ਦੀ ਵੀ ਤੋਹੀਨ ਕੀਤੀ ਜਾ ਸਕਦੀ ਜਾ ਰਹੀ ਹੈ ਕਿ 4 ਸਾਲ ਦੇ ਅੰਦਰ ਉਹ ਛੋਟੇ-ਛੋਟੇ ਮਾਸੂਮ ਜਿਹੜੇ ਉਹਨਾਂ ਦੇ ਪਰਿਵਾਰ ਬਿਲ ਕਰੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬਲਾਸਟ ਜਿਹੜਾ ਸਾਡੇ ਤੇ ਹੋਇਆ ਸਾਡੇ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਹਲੇ ਤੱਕ ਜਿਹੜਾ ਇਨਸਾਫ ਨਹੀਂ ਦੇ ਪਾ ਸਕੇ ਪੰਜਾਬ ਸਰਕਾਰ ਲਈ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਅਗਰ ਨਹੀਂ ਕਰ ਪਾਰੇ ਤਾਂ ਇਹਨੂੰ सीबीआई ਜੋ NIA ਨੂੰ ਦੇਣ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ ਉਹ ਦੇ ਸਕਦੇ ਆ ਕਿ ਉਹਨਾਂ ਨੂੰ ਇਨਸਾਫ ਜਾਣਾਂ ਚ ਜਿੱਦਾਂ ਐਡਵੋਕੇਟ ਰਵਨੀਤ ਸਿੰਘ ਨੇ ਦੱਸਿਆ ਕਿ ਜਿਹੜਾ ਤਰਨਤਾਰਨ ਦੇ ਵਿੱਚ ਬਲਾਸ ਹੋਇਆ ਉੱਥੇ ਦੋ ਲੋਕ ਮਰੇ ਸੀਗੇ ਉਹਦੀ ਜਿਹੜੀ ਜਾਂਚ ਐਨਆਈਏ ਨੂੰ ਦਿੱਤੀ ਇਹ ਤਾਂ ਕਾਂਗਰਸ ਦੇ ਕੈਂਡੀਡੇਟ ਦੇ ਅਟੈਕ ਸੀ ਨਾ ਇਹਨੂੰ ਦੇਣ ਦੇ ਵਿੱਚ ਕਿਉਂ ਕੋਤਾਹੀ ਕੀਤੀ ਗਈ ਹੈ ਅੱਛਾ ਰੁਨੀ ਜੀ ਤੁਹਾਨੂੰ ਲੱਗਦਾ ਕਿ ਜਿਸਨੂੰ ਕਿ ਐਨਆਈਏ ਜਾਂ ਸੀਬੀ ਨੂੰ ਹੈਂਡਓਵਰ ਕਰ ਦੇਣ ਜੇ ਪਰ ਮੇਰਾ ਸਵਾਲ ਤੁਹਾਨੂੰ ਲੱਗਦਾ ਕਿ ਹੱਤਕ ਬੰਦ ਹੀ ਹੈਗੀ ਹੈ ਉਹ ਜਿਹੜੀ ਅੱਜ ਪਟੀਸ਼ਨ ਦਾਇਰ ਕੀਤੀ ਗਈ ਹੁਣ ਹਾਈ ਕੋਰਟ ਨੇ ਦੇਖਣਾ ਹੈ ਲੇਕਿਨ ਨੋਟਿਸ ਹੁੰਦਾ ਜਾਰੀ ਕਿ ਨਹੀਂ ਹੁੰਦਾ ਬਿਲਕੁਲ ਬਿਲਕੁਲ ਇਹ ਦੇ ਵਿੱਚ ਕੰਟੈਂਪਟ ਤਾਂ ਸਾਫ ਰੂਪ ਚ ਬਣ ਰਹੀ ਹੈ ਕਿਉਂਕਿ ਇਨਵੈਸਟੀਗੇਸ਼ਨ ਉਹਨਾਂ ਨੇ ਆਪਣੇ ਆਪ ਹੀ ਚਲਾਉਣ ਦੇ ਵਿੱਚ ਲਿਖਿਆ ਵੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੈ ਵੇਰ ਐਸ ਡਾਇਰੈਕਸ਼ਨਸ ਵਰ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਐਂਡ ਫਾਈਲ ਅਚਲਾਨ ਤਾਂ ਉਸ ਰੂਪ ਦੇ ਵਿੱਚ ਚੱਲਦੇ ਹੋਏ ਕੰਟੈਂਪਟ ਤਾਂ ਬਣਦੀ ਹੈ ਚਲੋ ਬਾਬਾ ਮਰੀ ਬਣੀ ਸੀ ਇਹ ਮੋਡ ਜਿਹੜਾ ਬਲਾਸ ਹੋਇਆ ਸੀ 31 ਜਨਵਰੀ 2017 ਤੋਂ ਉਹਦੇ ਚ ਨਿੱਕੇ ਨਿੱਕੇ ਬੱਚਿਆਂ ਦੀ ਵੀ ਜਾਨ ਗਈ ਸੀ ਲੇਕਿਨ ਬਦਕਿਸ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਕਮੇਟੀ ਦੇ ਬਾਅਦ ਫਿਰ ਕਮੇਟੀ ਬਣਦੀ ਹੈ ਕੋਰਟ ਦੇ ਫੈਸਲੇ ਤੋਂ ਬਾਅਦ ਫਿਰ ਫੈਸਲੇ ਆਉਂਦੇ ਲੇਕਿਨ ਪੰਜਾਬ ਸਰਕਾਰ ਉਹ ਸ਼ਾਇਦ ਪੰਜਾਬ ਪੁਲਿਸ ਆਪਣੀ ਕਿਤੇ ਨਾ ਕਿਤੇ ਜਿਹੜੀ ਜ਼ਿੰਮੇਵਾਰੀ ਬਣਦੀਗਾ ਉਹਦੇ ਤੋਂ ਲੱਗਦਾ ਜਿਸ ਤਾਂ ਜਿਹੜੇ ਪਟੀਸ਼ਨ ਕਰਤਾ ਜਿਹੜੀਆਂ ਪੀੜਤਾਂ ਨੇ ਕਿ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਉਹ ਦੋਨੇ ਭਜਰੀਆਂ ਸ਼ਾਇਦ ਇਸੇ ਕਰਕੇ ਜਿਹੜੇ ਪੀੜਤ ਏਰਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਦੁਬਾਰਾ ਪਟੀਸ਼ਨ ਪਾਈ ਆ ਕਿ ਜਿਹੜੇ ਹਾਈ ਕੋਰਟ ਫੈਸਲੇ ਸੁਣਾਰੀਆ ਉਹ ਫੈਸਲਿਆਂ ਤੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਸੱਚਜੇ ਰੂਪ ਵਿੱਚ ਕਾਰਵਾਈ ਨਹੀਂ ਕਰ ਰਹੀਆਂ ਹੱਤਕਬੰਦੀਆ ਔਰ ਹੱਤਕ ਨੂੰ ਲੈ ਕੇ ਤੋਹੀਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਔਰ ਰਹੀ ਗੱਲ ਅਦਾਲਤ ਦਾ ਕੀ ਫੈਸਲਾ ਆਉਣਾ ਲੇਕਿਨ ਸਰਕਾਰਾਂ ਦੀ ਪ੍ਰਸ਼ਾਸਨ ਦੀ ਵੀ ਆਪਣੀ ਜ਼ਿੰਮੇਵਾਰੀ ਬੰਦੀ ਕਿ ਕਿਸੇ ਦੇ ਨਾਲ ਅਗਰ ਤੱਕਾ ਹੁੰਦਾ ਉਹਦਾ ਇਨਸਾਫ ਕਰਨਾ ਵੀ ਬੁਢਲਾ ਫਰਜ਼ ਹੈ ਕਿਉਂਕਿ ਲੋਕ ਹੀ ਸਰਕਾਰਾਂ ਚੁੰਦੇ ਨੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਵੀ ਨਿਊਜ਼ ਚੰਡੀਗੜ੍ਹ